ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਜੀ ਵੱਲੋਂ ਬਖਸ਼ੀ ਹੋਈ ਫਤੇ ਨਾਲ ਸੰਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਤੇਗ ਬਹਾਦਰ ਮਹਾਰਾਜ ਜੀ ਆਪਣੀ ਬਾਣੀ ਦੇ ਅੰਦਰ ਫੁਰਮਾਨ ਕਰਦੇ ਨੇ ਪ੍ਰਮਾਤਮਾ ਜਿਹੜੇ ਪਤਿਤ ਹਨ ਉਹਨਾਂ ਨੂੰ ਪਾਵਨ ਕਰਦਾ ਹੈ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਡਰ ਹੈ ਝੋਰਾ ਖਾਂਦਾ ਹੈ ਉਹਨਾਂ ਦੇ ਦਰ ਨੂੰ ਦੂਰ ਕਰਦਾ ਹੈ ਤੇ ਜਿਨ੍ਹਾਂ ਮਨੁੱਖਾਂ ਦਾ ਕੋਈ ਆਸਰਾ ਨਹੀਂ ਪ੍ਰਮਾਤਮਾ ਉਹਨਾਂ ਦਾ ਆਸਰਾ ਬਣਦਾ ਹੈ ਉਹ ਪ੍ਰਮਾਤਮਾ ਦੇ ਇੱਕ ਸ਼ਲੋਕ ਵਿੱਚ ਇਹ ਤਿੰਨ ਗੁਣ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਲਿਖੇ ਨੇ ਔਰ ਅੰਤ ਦੇ ਵਿੱਚ ਉਹ ਕਹਿੰਦੇ ਨੇ ਇਹ ਗੁਣ ਤੇ ਉਹਦੇ ਵਿੱਚ ਹੈਗੇ ਨਹੀਂ ਪਰ ਇਹ ਵੀ ਨਿਸ਼ਚਿਤ ਕਰਨਾ ਪੈਣਾ ਹੈ ਉਹ ਰਹਿੰਦਾ ਕਿੱਥੇ ਹੈ ਕਿਉਂਕਿ ਜਦੋਂ ਤਈ ਕਿਸੇ ਦਾ ਟਿਕਾਣਾ ਨਹੀਂ ਪਤਾ ਹੋਏਗਾ ਉਦੋਂ ਉੱਥੋਂ ਨਹੀਂ ਮਨੁੱਖ ਪਹੁੰਚ ਨਹੀਂ ਸਕੇਗਾ ਪਹਿਲਾਂ ਤੇ ਮਨੁੱਖ ਨੂੰ ਉਹਦਾ ਟਿਕਾਣਾ ਮਾਲੂਮ ਹੋਣਾ ਜ਼ਰੂਰੀ ਹੈ ਮਹਾਰਾਜ ਕਹਿੰਦੇ ਨੇ ਪਤਿਤ ਉਦਾਹਰਣ ਭੈ ਹਰਨ ਹਰ ਅਨਾਥ ਕੇ 나ਥ ਇਹ ਤਿੰਨ ਗੁਣ ਕਹੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਅਸਲ ਦੇ ਵਿੱਚ ਪਰਮਾਤਮਾ ਵਸਦਾ ਕਿੱਥੇ ਐ ਮਹਾਰਾਜ ਕਹਿੰਦੇ ਤੇਰੇ ਨਾਲ ਬਾਹਰ ਤਿਲਬਣ ਦੀ ਖੋਜ ਕਰਨ ਦੀ ਲੋੜ ਹੀ ਨਹੀਂ ਉਹ ਪਰਮਾਤਮਾ ਤੇਰੇ ਤੋਂ ਦੂਰ ਨਹੀਂ ਹੈ ਤੇਰੇ ਨੇੜੇ ਹੈ ਜਹਾਂ ਜਹਾਂ ਪੇਖਾਂ ਤਹਾਂ ਹਜੂਰ ਦੂਰ ਕਤ ਹੋ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਉਹ ਹਰ ਦੇ ਵਿੱਚ ਵਸ ਰਿਹਾ ਹੈ ਹਰੇਕ ਸਥਾਨ ਤੇ ਉਹਦਾ ਵਾਸ ਹੈ ਹੋ ਸਕਦਾ ਹੈ ਪ੍ਰਿਥਵੀ ਤੋਂ ਇਲਾਵਾ ਕਈ ਐਸੇ ਗ੍ਰਹਿ ਨੇ ਜਿਨ੍ਹਾਂ ਤੇ ਪਾਣੀ ਨਹੀਂ ਹੈ ਕਈਆਂ ਤੇ ਹਵਾ ਨਹੀਂ ਹੈ ਪਰ ਉਹਨਾਂ ਤੇ ਪਰਮਾਤਮਾ ਹੈ ਇਸ ਕਰਕੇ ਮਹਾਰਾਜ ਦੀ ਸਾਰੀ ਬਾਣੀ ਇਸੇ ਚੀਜ਼ ਤੇ ਜ਼ੋਰ ਦਿੰਦੀ ਹੈ ਪਰਮਾਤਮਾ ਤੇਰੇ ਨਾਲ ਹੈ ਪਰਮਾਤਮਾ ਤੇਰੇ ਸੰਗ ਸਹਾਈ ਹੈ ਤੇਰੇ ਨਾਲ ਹੀ ਵਸਦਾ ਹੈ ਬਸ ਤੂੰ ਜਾਣਣਾ ਇਹਨੂੰ ਜਦੋਂ ਅਸੀਂ ਪ੍ਰਮਾਣਿਤ ਕਰਦੇ ਹਾਂ ਇਹਨੂੰ ਜਪਜੀ ਸਾਹਿਬ ਦੇ ਵਿੱਚ ਹੀ ਮਹਾਰਾਜ ਨੇ ਕਿਹਾ ਹੈ ਇੰਨੇ ਇੱਕ ਸਾਈਡ ਦੇ ਵਿੱਚ ਜੀਵ ਆਤਮਾ ਹੈ ਆਤਮਾ ਖੜੀ ਹੈ ਵਿੱਚ ਉਸ ਦੇ ਝੂਠ ਦੀ ਕੰਧ ਹੈ ਦੂਜੀ ਸਾਈਡ 'ਚ ਪ੍ਰਮਾਤਮਾ ਖੜਾ ਹੈ ਪ੍ਰਮਾਤਮਾ ਤੇ ਮਨੁੱਖ ਦੇ ਵਿੱਚ ਇੱਕ ਦੀਵਾਰ ਹੈ ਜੀ ਪ੍ਰਮਾਤਮਾ ਅਤੇ ਆਤਮਾ ਦੇ ਵਿੱਚ ਇੱਕ ਦੀਵਾਰ ਹੈ ਜੀਵ ਆਤਮਾ ਜਿਹਨੂੰ ਕਹਿੰਦੇ ਆ ਵੈਸੇ ਜੀਵ ਆਤਮਾ ਨਹੀਂ ਹੁੰਦੀ ਹੁੰਦੀ ਆਤਮਾ ਹੀ ਹੈ ਜੀਵ ਅਸੀਂ ਤਾਂ ਕਹ ਦਿੰਦੇ ਹਾਂ ਅਗਿਆਨਤਾ ਵਸ ਮਨੁੱਖ ਦੇ ਭੁਲੇਖੇ ਉੱਤੇ ਇਕੱਠੇ ਹੋ ਜਾਂਦੇ ਨੇ ਜਿਦ ਦਿਨ ਉਹ ਭੁਲੇਖੇ ਖਤਮ ਹੋ ਗਏ ਸਿਰਫ ਆਤਮਾ ਹੀ ਰਹਿ ਜਣੀ ਹੈ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹਾਂ ਸਾਧ ਸੰਗਤ ਅਸੀਂ ਕਹਿੰਨੇ ਹਾਂ ਫਲਾਣਾ ਮਨੁੱਖ ਬ੍ਰਹਮ ਗਿਆਨੀ ਹੋ ਗਿਆ ਹੈ ਇਹਦਾ ਮਤਲਬ ਇਹ ਨਹੀਂ ਪਹਿਲਾਂ ਬ੍ਰਹਮ ਗਿਆਨੀ ਨਹੀਂ ਸੀ ਹੈ ਤੇ ਪਹਿਲਾਂ ਵੀ ਸੀ ਭੁੱਲਿਆ ਹੋਇਆ ਸੀ ਬਸ ਦੁਨੀਆ ਤੇ ਜਿੰਨੇ ਵੀ ਮਨੁੱਖ ਨੇ ਸਾਰੇ ਬ੍ਰਹਮ ਗਿਆਨ ਚ ਜੀ ਰਹੇ ਨੇ ਬ੍ਰਹਮ ਗਿਆਨ ਤੋਂ ਬਾਹਰ ਕੋਈ ਨਹੀਂ ਹੈ ਉਹ ਵੱਖਰੀ ਗੱਲ ਹੈ ਜਿਵੇਂ ਇੱਕ ਮਨੁੱਖ ਆਪਣੀ ਜੇਬ ਦੇ ਵਿੱਚ ਲੱਖ ਰੁਪਏ ਲਈ ਫਿਰੇ ਤੇ ਲੱਖ ਰੁਪਏ ਰੱਖ ਕੇ ਤੇ ਭੁੱਲ ਜਾਏ ਜੇਬ ਦੇ ਵਿੱਚ ਹੀ ਭੁੱਲ ਗਿਆ ਫਿਰ ਲੋਕਾਂ ਦੇ ਕੋਲ ਪੈਸੇ ਮੰਗਦਾ ਫਿਰੇ ਕਿਸੇ ਨਾ ਕਿਸੇ ਤੋਂ ਦੌਲਤ ਮੰਗ ਰਿਆ ਮੈਨੂੰ ਰੋਟੀ ਵਾਸਤੇ ਪੈਸੇ ਦੇ ਦਿਓ ਦੋ ਚਾਰ ਸਾਲ ਮੰਗਦਾ ਰਿਹਾ ਕਿਤੇ ਉਹਨੂੰ ਸੋਝੀ ਆਈ ਆਪਣੀ ਜੇਬ ਤੇ ਹੱਥ ਲਗਾ ਕੇ ਵੇਖਿਆ ਕਹਿੰਦਾ ਜਿਹੜੀ ਚੀਜ਼ ਨੂੰ ਮੈਂ ਮੰਗ ਰਿਆ ਸੀ ਉਹ ਤੇ ਮੇਰੇ ਕੋਲ ਹੈ ਕਿੰਨਾ ਮੈਂ ਪਾਗਲ ਸੀ ਮੇਰੇ ਕੋਲ ਇਡਾ ਧਨ ਹੁੰਦਿਆਂ ਵੀ ਮੈਂ ਧੰਨ ਨੂੰ ਨਾ ਪਛਾਣ ਸਕਿਆ ਬਸ ਗੱਲ ਇੰਨੀ ਹੈ ਹਰੇਕ ਮਨੁੱਖ ਧਨਵਾਨ ਹੈ ਸਿਰਫ ਪਹਿਚਾਣ ਦੀ ਜ਼ਰੂਰਤ ਹੈ ਇਸ ਕਰਕੇ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਤੂੰ ਪਰਮਾਤਮਾ ਨੂੰ ਬੁੱਝਣਾ ਹੈ ਲੱਭਣਾ ਨਹੀਂ ਹੈ ਨਾਨਕ ਹੁਕਮ ਹੈ ਜੇ ਬੁੱਝੈ ਬੁੱਝਣ ਦੀ ਕਲਾ ਹੈ ਸਮਝਣ ਦੀ ਕਲਾ ਹੈ ਤੂੰ ਪਰਮਾਤਮਾ ਨੂੰ ਜਾਨਣਾ ਹੈ ਹੈ ਤੇਰੇ ਨਾਲ ਹੀ ਆ ਉਹ ਦੂਜਾ ਪ੍ਰਮਾਣ ਅਸੀਂ ਕਰ ਸਕਦੇ ਆ ਜਿਵੇਂ ਇੱਕ ਮਨੁੱਖ ਆਪਣੇ ਹੱਥ ਦੇ ਵਿੱਚ ਬੜਾ ਕੀਮਤੀ ਨਕਲ ਆਪਣੇ ਹੱਥ ਦੇ ਵਿੱਚ ਕੋਈ ਬ੍ਰੈਸਲੇਟ ਪਾਇਆ ਹੋਏ ਉਹਨੇ ਕੋਈ ਕੜਾ ਪਾਇਆ ਹੋਏ ਤੇ ਨਾਲ ਦੇ ਨੂੰ ਕਹਿੰਦਾ ਫਿਰੇ ਮੇਰਾ ਕੜਾ ਗੁੰਮ ਹੋ ਗਿਆ ਮੇਰਾ ਕੜਾ ਨਹੀਂ ਲੱਭ ਰਿਹਾ ਇੱਕ ਮਨੁੱਖ ਸਿਆਣਾ ਆਇਆ ਉਹਨੇ ਕਿਹਾ ਆ ਤੇਰੇ ਹੱਥ ਵਿੱਚ ਕੀ ਹੈ ਨਾਲੀ ਦੇਖ ਕੇ ਕਹਿੰਦਾ ਕੜਾ ਲੱਭ ਗਿਆ ਦੂਜੇ ਕਹਿੰਦੇ ਨੇ ਗਵਾਚੇ ਕਦੋਂ ਸੀ ਗਵਾਚਿਆ ਨਹੀਂ ਸੀ ਤੂੰ ਇਹਨੂੰ ਭੁੱਲਿਆ ਹੋਇਆ ਸੀ ਗੱਲ ਇੰਨੀ ਹੈ ਮਨੁੱਖ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ ਗਵਾਇਆ ਨਹੀਂ ਹੈ ਗਵਾ ਸਕਦਾ ਹੀ ਨਹੀਂ ਭੁਲੇ ਚੋਣਾ ਸਤਿ ਸ਼੍ਰੀ ਅਕਾਲ ਮਨੁੱਖ ਪਰਮਾਤਮਾ ਨੂੰ ਗਵਾ ਨਹੀਂ ਸਕਦਾ ਗਵਾਇਆ ਨਹੀਂ ਹੈ ਭੁਲਾਇਆ ਸਕਦਾ ਤਾਂ ਹੀ ਬਾਣੀ ਕਹਿੰਦੀ ਭੁੱਲੇ ਮਾਰਗ ਜਿਹਨੇ ਹੀ ਬਤਾਇਆ ਭੁੱਲੇ ਹੋਏ ਸੀ ਉਸਨੇ ਮਾਰਗ ਵਿਖਾਇਆ ਐਸਾ ਗੁਰ ਵਡਭਾਗੀ ਪਾ ਗੁਰੂ ਤੇ ਮਾਰਗ ਵਿਖਾਉਂਦਾ ਗੁਰੂ ਇਹ ਦੱਸਦਾ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਆਤਮਾ ਅਤੇ ਪਰਮਾਤਮਾ ਦੇ ਵਿੱਚ ਜਿਹੜੀ ਕੰਧ ਹੈ ਕੂੜ ਦੀ ਬੰਦਰਾਂ ਦੀ ਕੰਧ ਜਾਤ ਦੀ ਕੰਧ ਆ ਵਿਮਾਨ ਦੀ ਕੰਧ ਈਰਖਾ ਦੀ ਰਾਗ ਦੀ ਦੁਸ਼ਸ਼ ਦੀ ਇਹ ਕੰਧ ਖੜੀ ਹੈ ਬੇ ਜਿਵੇਂ ਜਿਵੇਂ ਮਨੁੱਖ ਸਮਝਦਾ ਹੈ ਜਿਵੇਂ ਜਿਵੇਂ ਬੰਦਗੀ ਤੇ ਮਾਰਗ ਤੇ ਤੁਰਦਾ ਹੈ ਰੋਜ਼ ਰੋਜ਼ ਇਹ ਕੰਧ ਸ਼ੀਣ ਹੁੰਦੀ ਹੈ ਫਿਰ ਬੇਨਤੀ ਕਰਾਂ ਜਾਂ ਤੇ ਇਹ ਕੰਧ ਮਜਬੂਤ ਹੁੰਦੀ ਹੈ ਗੁਰਬਾਣੀ ਕਹਿੰਦੀ ਹੈ ਜਾਂ ਇਹ ਗੰਧ ਸ਼ੀਣ ਹੁੰਦੀ ਹੈ ਰਹਿਰਾ ਸਾਹਿਬ ਵਿੱਚ ਮਹਾਰਾਜ ਦਾ ਇੱਕ ਬਚਨ ਹੈ ਉਹਦੇ ਵਿੱਚ ਇਹ ਕਹਿੰਦੇ ਨੇ ਇਹ ਕੰਧ ਤੇਰੀ ਮਜਬੂਤ ਹੋ ਰਹੀ ਹੈ ਰੋਜ਼ ਰੋਜ਼ ਉਹ ਕਿਵੇਂ ਹਰ ਬਿਸਰਤ ਤੇਰੇ ਗੁਣ ਗਲਿਆ ਤੂੰ ਪ੍ਰਮਾਤਮਾ ਨੂੰ ਰੋਜ਼ ਰੋਜ਼ ਵਿਸਰਨੇ ਆ विसरण ਕਰਕੇ ਜਿਹੜੀ ਤੇਰੀ ਇਕੰਧ ਹੈ ਇਹ ਮਜਬੂਤ ਹੋ ਰਹੀ ਹੈ ਇੱਕ ਦਿਨ ਐਸਾ ਹੋਏਗਾ ਮਨੁੱਖ ਇਹਨਾਂ ਰਸਾਂ ਦੇ ਵਿੱਚ ਸ਼ਰੀਰ ਦੇ ਨੌ ਦਵਾਰਿਆਂ ਦੇ ਰਸਾਂ ਵਿੱਚ ਲੱਗ ਕੇ ਰਹਿ ਜਾਏਗਾ ਦਸਵੇਂ ਦਾ ਇਹਨੂੰ ਪਤਾ ਹੀ ਨਹੀਂ ਲੱਗਣਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਜਿੱਥੇ ਸ਼ਾਂਤੀ ਹੈ ਜਿੱਥੇ ਆਨੰਦ ਹੈ ਜਿੱਥੇ ਜਾ ਕੇ ਕੋਈ ਡਰ ਨਹੀਂ ਕਿਉਂਕਿ ਸਾਧ ਸੰਗਤ ਪਰਮਾਤਮਾ ਦੇ ਜਿੰਨੇ ਵੀ ਨਾਮ ਨੇ ਇਹ ਨਾਮ ਉਦੋਂ ਤਾਈਂ ਨੇ ਜਦੋਂ ਤੇ ਉਸ ਪ੍ਰਕਾਰ ਦੇ ਮਨੁੱਖ ਨੇ ਜਿਵੇਂ ਪ੍ਰਮਾਤਮਾ ਦਾ ਨਾਮ ਹੈ ਪਤਿਤ ਉਦਾਹਰਣ ਇਹ ਪ੍ਰਮਾਤਮਾ ਦਾ ਨਾਮ ਉਦੋਂ ਤੇ ਹੀ ਬਣਿਆ ਰਹੇਗਾ ਜਿਸ ਦਿਨ ਜਦੋਂ ਤੇ ਪਾਪੀ ਨੇ ਜਿਸ ਦਿਨ ਪਾਪੀ ਨਾ ਇਹ ਨਾ ਰਹੇ ਇਹ ਨਾਮ ਵੀ ਨਹੀਂ ਰਹਿਣਾ ਪ੍ਰਮਾਤਮਾ ਦੇ ਹੋਰ ਨਾਮ ਬੜੇ ਨੇ ਭੈ ਹਰਨ ਜਦੋਂ ਤੇ ਹੀ ਮਨੁੱਖ ਨੂੰ ਡਰ ਹੈ ਉਦੋਂ ਤੇ ਹੀ ਇਹ ਨਾਮ ਹੈ ਸ਼ਾਇਦ ਸਤਜੁਗ ਦੇ ਵਿੱਚ ਇਹ ਨਾਮ ਨਾ ਹੋਏ ਕਿਉਂਕਿ ਸਤਜੁਗ ਵਿੱਚ ਪਾਪੀ ਨਹੀਂ ਨਾਮੋ ਵੀ ਨਹੀਂ ਇਸ ਕਰਕੇ ਮਹਾਰਾਜ ਨੇ ਕਿਹਾ ਜਿਹੜੇ ਤੇਰੇ ਕਰਮ ਦੇ ਨਾਮ ਨੇ ਇਹ ਤੇ ਗਿਣੇ ਹੀ ਨਹੀਂ ਜਾ ਸਕਦੇ ਕਿੰਨੇ ਕਿ ਤੇਰੇ ਨਾਮ ਨੇ ਕਿਰਤਮ ਨਾਮ ਕਥੇ ਤੇਰੇ ਜੀਬਾ ਕਰਮਾਂ ਦੇ ਆਧਾਰਤ ਤੇ ਪ੍ਰਮਾਤਮਾ ਤੇਰੇ ਕਿੰਨੇ ਹੀ ਨਾਮ ਨੇ ਇਹ ਗਿਣੇ ਨਹੀਂ ਜਾ ਸਕਦੇ ਹਾਂ ਇੱਕ ਚੀਜ਼ ਹੈ ਸਤ ਨਾਮ ਤੇਰਾ ਪਰਹਪੂਰਬਲਾ ਤੂੰ ਹੈ ਇਹ ਸਚਾਈ ਹੈ ਤੂੰ ਸੱਚ ਹੈ ਅੱਜ ਵੀ ਹੈ ਕੱਲ ਵੀ ਹੈ ਸਤ ਚਿਤ ਆਨੰਦ ਦੇ ਰੂਪ ਵਿੱਚ ਤੂੰ ਅੱਜ ਵੀ ਹੈ ਅੱਜ ਤੋਂ ਬਾਅਦ ਵੀ ਸਦਾ ਰਹੇਗਾ ਇਹ ਪੱਕਾ ਹੈ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਨੁੱਖ ਪਰਮਾਤਮਾ ਤੇਰੇ ਨਾਲ ਵਸਦਾ ਹੈ ਜਿਹਨੂੰ ਅਸੀਂ ਕਹਿੰਨੇ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਜਿਹਦੇ ਕੋਲ ਇੰਨਾ ਕੁਸ਼ ਹੈ ਤੇ ਉਹ ਰਹਿੰਦਾ ਕਿੱਥੇ ਤੇਰੇ ਨਾਲ ਕਮਾਲ ਦੀ ਤਾਂ ਗੱਲ ਹੋ ਗਈ ਫਿਰ ਇਹਦਾ ਮਤਲਬ ਇਹ ਆ ਮਨੁੱਖ ਨੂੰ ਕਿਸੇ ਹੋਰ ਦਾ ਆਸਰਾ ਰਹਿਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਦੇ ਕੋਲ ਇਡਾ ਵੱਡਾ ਪਰਮਾਤਮਾ ਵਸ ਰਿਹਾ ਹੈ ਗੁਰੂ ਸਾਹਿਬ ਜੀ ਨੇ ਨਾ ਗੁਰਬਾਣੀ ਦੇ ਵਿੱਚ ਸਾਧ ਸੰਗਤ ਫਿਰ ਇੱਕ ਫਰਮਾਨ ਲਿਖਿਆ ਉਹਦੇ ਵਿੱਚ ਉਦਾਹਰਨ ਦਿੱਤਾ ਹੈ ਮਿਰਗ ਦਾ ਸੱਚੇ ਪਾਸ਼ਾ ਕਹਿੰਦੇ ਜਿਵੇਂ ਮਿਰਗ ਹੁੰਦਾ ਹੈ ਭਾਵੇਂ ਕਸਤੂਰੀ ਦਾ ਇੱਧਰ ਨੌਰਥ ਇੰਡੀਆ ਵਿੱਚ ਨਹੀਂ ਪਤਾ ਜਦੋਂ ਅਸੀਂ ਮਹਾਰਾਸ਼ਟਰ ਹਜੂਰ ਸਾਹਿਬ ਜਾਂਦੇ ਆ ਜਦੋਂ ਟ੍ਰੇਨ ਆਉਂਦੀ ਹੈ ਬੀਬੀਆਂ ਆਉਂਦੇ ਆ ਕਸਤੂਰੀ ਦਿੰਦੀਆਂ ਨੇ ਭਾਵੇਂ ਕਿ ਉਹ ਅਸਲੀ ਨਹੀਂ ਹੁੰਦੀ ਕਸਤੂਰੀ ਉਹ ਵਸਤੂ ਹੈ ਜਿਹਦੇ ਅੰਦਰ ਖੁਸ਼ਬੂ ਹੁੰਦੀ ਹੈ ਜਿਹਦੇ ਅੰਦਰ ਖੁਸ਼ਬੂ ਹੁੰਦੀ ਹੈ ਕਸਤੂਰੀ ਉਹ ਵਸਤੂ ਹੈ ਇੱਕ ਮਿਰਗ ਦੇ ਅੰਦਰ ਕਸਤੂਰੀ ਹੈ ਕਸਤੂਰੀ ਉਹਦੇ ਨਾਲ ਹੈ ਪਰ ਮਿਰਗ ਨੂੰ ਪਤਾ ਨਹੀਂ ਹੈ ਮਿਰਗ ਨੂੰ ਇਹ ਨਹੀਂ ਪਤਾ ਕਸਤੂਰੀ ਕਿੱਥੇ ਹੈ ਉਹ ਸਾਰੀ ਉਮਰ ਕਸਤੂਰੀ ਦੇ ਭੋਲੇ ਦੇ ਵਿੱਚ ਬਾਹਰ ਘੁੰਮਦਾ ਰਹਿੰਦਾ ਹੈ ਪਰ ਸਾਰੀ ਉਮਰ ਨੂੰ ਕਸਤੂਰੀ ਨਹੀਂ ਲੱਭਦੀ ਐਵੇਂ ਮਨੁੱਖ ਹੈ ਸਾਦੀ ਸਾਰੀ ਉਮਰ ਸ਼ਾਂਤੀ ਦੀ ਭਾਲ ਵਿੱਚ ਨੀੜਰ ਹੋਣ ਲਈ ਬਾਹਰ ਦੀਆਂ ਵਸਤੂਆਂ ਦੇ ਭਲੇਖੇ ਵਿੱਚ ਲੱਗਿਆ ਰਹਿੰਦਾ ਹੈ ਪਰ ਉਹਨੂੰ ਕਦੇ ਵੀ ਸ਼ਾਂਤੀ ਨਸੀਬ ਨਹੀਂ ਹੁੰਦੀ ਉਸ ਨੂੰ ਕਦੇ ਵੀ ਪਤਾ ਨਹੀਂ ਲੱਗਦਾ ਮਹਾਰਾਜ ਜਿਉ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭੁਲਾਇਆ ਜਿਵੇਂ ਕਸਤੂਰੀ ਨੂੰ ਮਿਰਗ ਨਹੀਂ ਜਾਣਦਾ ساری ਉਮਰ ਭਲੇਖੇ ਵਿੱਚ ਤੁਰਿਆ ਰਹਿੰਦਾ ਮਹਾਰਾਜ ਬਾਣੀ ਵਿੱਚ ਇੱਕ ਹੋਰ ਸ਼ਬਦ ਵੀ ਕਹਿੰਦੇ ਨੇ ਸਭ ਕੇ ਸ਼ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਇ ਹਜੇ ਭਲੇਖੇ ਵਿੱਚ ਜੋ ਮਨੁੱਖ ਸ਼ਾਂਤੀ ਨੂੰ ਪਦਾਰਥਾਂ ਵਿੱਚੋਂ ਲੱਭ ਰਿਹਾ ਹੈ ਜਿਹੜਾ ਮਨੁੱਖ ਆਨੰਦ ਨੂੰ ਮਨੁੱਖ ਦੁਨੀਆ ਵਿੱਚੋਂ ਲੱਭ ਰਿਹਾ ਹੈ ਪਦਾਰਥਾਂ ਵਿੱਚੋਂ ਲੱਭ ਰਿਹਾ ਹੈ ਹਜੇ ਭਲੇਖੇ ਵਿੱਚ ਹੈ ਇਹ ਭਲੇਖਾ ਕਦੇ ਵੀ ਟੁੱਟ ਸਕਦਾ ਹੈ ਇਸ ਜਨਮ ਵਿੱਚ ਨਹੀਂ ਟੁੱਟੇਗਾ ਅਗਲੇ ਵਿੱਚ ਟੁੱਟੇਗਾ ਟੁੱਟਣਾ ਤੇ ਪੈਗਾ ਹੀ ਜਦੋਂ ਤਈ ਨਹੀਂ ਟੁੱਟੇਗਾ बार-बार ਦੁਨੀਆ ਤੇ ਆਉਣਾ ਪਏਗਾ ਕਿਉਂਕਿ ਵਾਸ਼ਨ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਤਈ ਵਾਸ਼ਨ ਹੈ ਉਦੋਂ ਤਈ ਜਨਮ ਹੈ ਜੁਗ-ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਭਾਈ ਗੁਰਦਾਸ ਜੀ ਇਹ ਸਰੀਰ ਹੈ ਜਿਹੜਾ ਇਹ ਸਰੀਰ ਤੇ ਖਤਮ ਹੋ ਜਾਣਾ ਇਹਦੀ ਮੰਜ਼ਲ ਹੈ ਜੋ ਇਹ ਸਰੀਰ ਪੈਦਾ ਹੋਇਆ ਇਹਦੀ ਮੰਜ਼ਲ ਇਹ ਹੈ ਇਹਨੇ ਮਿੱਟੀ ਨੇ ਮਿੱਟੀ ਨਾਲ ਮਿਲਣਾ ਪਾਣੀ ਨੇ ਪਾਣੀ ਨਾਲ ਮਿਲਣਾ ਪਰ ਜਿਹੜੀ ਅੰਦਰ ਜੀਵ ਆਤਮਾ ਹੈ ਇਹਦੀ ਮੰਜ਼ਲ ਨੂਰ ਦੇ ਨਾਲ ਨੂਰ ਹੋ ਜਾਣਾ ਕਿਉਂ ਇਹ ਨੂਰ ਤੋਂ ਤੁਰੀ ਹੈ ਇਹ ਪਰਮਾਤਮਾ ਤੋਂ ਤੁਰੀ ਹੈ ਜਦੋਂ ਤਈ ਇਹ ਪਰਮਾਤਮਾ ਵਿੱਚ ਪਰਮਾਤਮਾ ਨਹੀਂ ਹੋ ਜਾਂਦੀ ਉਦੋਂ ਤੱਕ ਇਹਦੀ ਮੰਜ਼ਲ ਖਤਮ ਨਹੀਂ ਹੋਣੀ ਇਹ ਮੰਜ਼ਲ ਦੁਬਾਰਾ ਦੁਬਾਰਾ ਆਉਂਦੀ ਰਹੇਗੀ ਇਸ ਕਰਕੇ ਮਨੁੱਖ ਆਪਣੇ ਵਿੱਚ ਦੇ ਬੰਧਨ ਤੋੜੇ ਬੰਧਨ ਕੀ ਹੈ ਸਾਥ ਸੰਗ ਜਿਸ ਦਿਨ ਮਨੁੱਖ ਜਨਮ ਲੈਂਦਾ ਨਾ ਮਨੁੱਖੀ ਬੱਚਾ ਉਸ ਨੂੰ ਇਹ ਨਹੀਂ ਪਤਾ ਹੁੰਦਾ ਉਹਦਾ ਸਰੀਰ ਇੱਕ ਬੀਬੀ ਵਾਲਾ ਹੈ ਜਾਂ ਭਾਈ ਵਾਲਾ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਉਹਦੀ ਜਾਤ ਕੀ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਵਾਸੀ ਹੈ ਇਹ ਵੀ ਨਹੀਂ ਪਤਾ ਪਰ ਜਿਵੇਂ ਜਿਵੇਂ ਬਾਹਰ ਦੇ ਲੋਕ ਉਹਨੂੰ ਦੱਸਦੇ ਰਹਿੰਦੇ ਨੇ ਉਹ ਮੰਨ ਨਹੀਂ ਜਾਂਦਾ ਇੱਕ ਦਿਨ ਇਹ ਮਨੋਤ ਇਡੀ ਗਹਿਰੀ ਹੋ ਜਾਂਦੀ ਹੈ ਮਨੁੱਖ ਆਤਮਾ ਨੂੰ ਵਿਸਰ ਹੀ ਜਾਂਦਾ ਹੈ ਸਿਰਫ ਸਰੀਰ ਦਾ ਐਡਰੈਸ ਯਾਦ ਹੈ ਹਰੇਕ ਮਨੁੱਖ ਜਿੰਨੇ ਇੱਥੇ ਬੈਠੇ ਨੇ ਉਹ ਜੋ ਉਹਨਾਂ ਨੂੰ ਨਾਮ ਦੁਨੀਆ ਨੇ ਦਿੱਤਾ ਉਹ ਨਾਮ ਹੀ ਯਾਦ ਹੈ ਸਰੀਰਿਕ ਐਡਰੈਸ ਹੀ ਯਾਦ ਹੈ ਕਿੱਥੋਂ ਦੇ ਹੋ ਰਹਿਣ ਵਾਲੇ ਨੇ ਇਹ ਚੀਜ਼ਾਂ ਯਾਦ ਨਹੀਂ ਅਸਲ ਦੇ ਵਿੱਚ ਉਹ ਕੌਣ ਨੇ ਇਹ ਯਾਦ ਨਹੀਂ ਹੈ ਭਾਵੇਂ ਵਿਦਵਾਨ ਇੱਕ ਗੱਲ ਹੋਰ ਕਹਿੰਦੇ ਨੇ ਕਹਿੰਦੇ ਜਿਵੇਂ ਅਸੀਂ ਬੋਲਦੇ ਹਾਂ ਨਾ ਮੇਰੇ ਸੱਟ ਵਜਈ ਹੈ ਇਹ ਜਿਹੜੀ ਮੈਂ ਹੈ ਨਾ ਅਸਲ ਦੇ ਵਿੱਚ ਇਹ ਆਤਮਾ ਦੀ ਆਵਾਜ਼ ਹੈ ਹੈ ਇਹ ਆਤਮਾ ਹੀ ਹੈ ਅਸਲ ਦੇ ਵਿੱਚ ਪਰ ਇਹ ਵਿਸ਼ੇਸ਼ ਰੂਪ ਵਿੱਚ ਨਹੀਂ ਹੈ ਸਧਾਰਨ ਰੂਪ ਵਿੱਚ ਹੈ ਇਹ ਹਰੇਕ ਮਨੁੱਖ ਕਹਿ ਦਿੰਦਾ ਹੈ ਭਾਵ ਵਿਸ਼ੇਸ਼ ਨਹੀਂ ਹੈ ਸਧਾਰਨ ਹੈ ਵਿਸ਼ੇਸ਼ ਰੂਪ ਦਾ ਮਤਲਬ ਕੀ ਹੈ ਜਦੋਂ ਮਨੁੱਖ ਅੰਤਰੀਵ ਨੂੰ ਜਾਣ ਲੈਂਦਾ ਉਹ ਵਿਸ਼ੇਸ਼ ਰੂਪ ਵਿੱਚ ਹੁੰਦੀ ਹੈ ਉਦੋਂ ਉਹਨੂੰ ਆਤਮਾ ਦਾ ਸਖਸ਼ਾਤ ਹੁੰਦਾ ਹੈ ਸਖਸ਼ਾਤ ਆਤਮਾ ਨੂੰ ਵੇਖ ਲੈਂਦਾ ਇਸ ਕਰਕੇ ਮਨੁੱਖ ਦਾ ਜਿੰਨਾ ਵੀ ਪ੍ਰਯੋਜਨ ਹੈ ਮਨੁੱਖ ਦੇ ਜਿੰਨੇ ਵੀ ਦੁੱਖ ਨੇ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰਨ ਵਾਲਾ ਪਰਮਾਤਮਾ ਹੈ ਤੇ ਉਹ ਪਰਮਾਤਮਾ ਮਨੁੱਖ ਦੇ ਨਾਲ ਵਸਦਾ ਹੈ ਜਿਵੇਂ ਅਕਬਰ ਦੇ ਦਰਬਾਰ ਦੇ ਵਿੱਚ ਕਜ਼ਾਕਿਸਤਾਨ ਦੇ ਨਵਾਬ ਨੇ ਤਿੰਨ ਸਵਾਲ ਭੇਜੇ ਸਨ ਪਹਿਲੀ ਗੱਲ ਤੇ ਇਹ ਭੇਜਿਆ ਸੀ ਪਰਮਾਤਮਾ ਕਿੱਥੇ ਰਹਿੰਦਾ ਹੈ ਜੇ ਉਹ ਰਹਿੰਦਾ ਫਿਰ ਉਹ ਕਰਦਾ ਕੀ ਹੈ ਤੀਜੀ ਗੱਲ ਪਰਮਾਤਮਾ ਖਾਂਦਾ ਕੀ ਹੈ ਤਿੰਨ ਉਹਨੇ ਸਵਾਲ ਭੇਜੇ ਅਕਬਰ ਦੇ ਦਰਬਾਰ ਵਿੱਚ ਔਰ ਇਹ ਕਿਹਾ ਜਿਹੜਾ ਇਸ ਦਾ ਜਵਾਬ ਦੇਗਾ ਸਮਝੋ ਉਹ ਦੁਨੀਆ ਦਾ ਮਹਾਨ ਮੁਰਸ਼ਿਦ ਹੈ ਔਰ ਅਕਬਰ ਦੇ ਦਰਬਾਰ ਚ ਦੇਬਾਰੀ ਕਿ ਜਾਖੀਸਤਾਨ ਦਰਬਾਰ ਵਿੱਚ ਗਿਆ ਜਵਾਬ ਦੇਣ ਲਈ ਜਿਹੜੇ ਮਨੁੱਖ ਨੇ ਸਵਾਲ ਬਣਾਏ ਸਣ ਆਪਣੇ ਆਪ ਚ ਬੜਾ ਆਲਮ ਫਾਜ਼ਲ ਸਮਝੀ ਬੈਠਾ ਸੀ ਉਹ ਕਹਿੰਦਾ ਪਹਿਲੇ ਸਵਾਲ ਦਾ ਜਵਾਬ ਮੈਂ ਦਿਆਂਗਾ ਉਹਦੇ ਵਾਸਤੇ ਮੈਨੂੰ ਥੋੜਾ ਦੁੱਧ ਚਾਹੀਦਾ ਹੈ ਦੁੱਧ ਮੰਗਾਇਆ ਗਿਆ ਉਹ ਦਰਬਾਰੀ ਬਾਰ-ਬਾਰ ਬਾਰ-ਬਾਰ ਦੁੱਧ ਦੇ ਨਾਲ ਉਂਗਲ ਦੇ ਨਾਲ ਉਹਨੂੰ ਘਮਾਈ ਜਾਂਦਾ ਹੈ ਘਮਾਈ ਜਾਂਦਾ ਹੈ। ਨਵਾਬ ਕਹਿੰਦਾ ਉਂਗਲ ਨਾਲ ਇਹਨੂੰ ਕਿਉਂ ਘਮਾਰੇ ਹੋ? ਕਹਿੰਦਾ ਮੈਂ ਇਸ ਦੇ ਵਿੱਚੋਂ ਕਿਉਂ ਕੱਢਣਾ ਚਾਹੁੰਦਾ। ਸਾਰੇ ਹੱਸ ਪਏ। ਕਹਿੰਦੇ ਕਦੇ ਦੁੱਧ ਦੇ ਵਿੱਚੋਂ ਐਵੇਂ ਕਿਉਂ ਨਿਕਲਦਾ ਹੈ? ਕਹਿੰਦੇ ਨਹੀਂ। ਕਹਿੰਦੇ ਇੱਕ ਗੱਲ ਮੰਨਦੇ ਹੋ ਦੁੱਧ ਵਿੱਚ ਕਿਹੋ ਹੈ? ਕਹਿੰਦੇ ਇਹਦੇ ਮੰਦੇ ਆ ਹੈ। ਫਿਰ ਨਿਕਲੇਗਾ ਕਿਵੇਂ? ਦੁੱਧ ਦੇ ਵਿੱਚ ਕਿਹੋ ਤੇ ਹੈ? ਨਿਕਲੇਗਾ ਕਿਵੇਂ ਕਹਿੰਦੇ ਪਹਿਲਾਂ ਦੁੱਧ ਨੂੰ ਤਪਾਉਣਾ ਪੈਂਦਾ ਹੈ ਤਪਾ ਕੇ ਇਹਦੇ ਵਿੱਚ ਖੱਟਾ ਜੋ ਵੀ ਐਸਿਡ ਲਗਾਏ ਜਾਂਦੇ ਨੇ ਉਹ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਇਹ ਦਹੀਂ ਦਾ ਰੂਪ ਧਾਰਨ ਕਰਦਾ ਹੈ ਲੱਸੀ ਬਣਦਾ ਹੈ ਮੱਖਣ ਬਣਦਾ ਹੈ ਮੱਖਣ ਤੋਂ ਬਾਅਦ ਮੱਖਣ ਨੂੰ ਤਪਾਇਆ ਜਾਂਦਾ ਹੈ ਫਿਰ ਜਾ ਕੇ ਉਹ ਕਿਤੇ ਘਿਓ ਬਣਦਾ ਹੈ ਕਹਿੰਦੇ ਬਸ ਪਹਿਲੇ ਸਵਾਲ ਦਾ ਜਵਾਬ ਤੇ ਇਹੀ ਹੈ ਪਰਮਾਤਮਾ ਹਰੇਕ ਦੇ ਹਿਰਦੇ ਦੇ ਵਿੱਚ ਵਸਦਾ ਹੈ ਹਰੇਕ ਦੇ ਨਾਲ ਹੈ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਰੋ ਆਪਣਾ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਮੇਰੇ ਨਾਲ ਹੈ ਉਹ ਗੁਰੂ ਉਹ ਬਾਣੀ ਮੇਰੇ ਨਾਲ ਹੈ ਉਹ ਬਾਣੀ ਸਮਝ ਨਹੀਂ ਆ ਰਹੀ ਸੁਣਾਈ ਨਹੀਂ ਦੇ ਰਹੀ ਕਿਉਂ ਵਕਾਰਾ ਨੇ ਬੰਦਨਾ ਨੇ ਉਹ ਬਾਣੀ ਦੱਬੀ ਹੋਈ ਹੈ ਜਿਹਨੂੰ ਬਾਣੀ ਕਹਿੰਦੀ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਇਹਦੇ ਮਹਾਰਾਜ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਹੁਣ ਬਾਣੀ ਮਹਾਰਾਜ ਇਹ ਤੁਹਾਨੂੰ ਕਹਿੰਦੇ ਮੇਰੀ ਬਾਣੀ ਵਿਸਰ ਜਾਏ ਇਹ ਨਹੀਂ ਉਹ ਬਾਣੀ ਕਿਹੜੀ ਹੈ ਜਿਨ ਮਹਾਰਾਏ ਬੱਜਰ ਕੋ ਪਾਟ ਨਾ ਖੁੱਲਨੀ ਗੁਰ ਸ਼ਬਦ ਖੁਲੀ ਜਾ ਉਹ ਵਾਣੀ ਦੀ ਗੱਲ ਕਰ ਰਹੇ ਨੇ ਉਹ ਇਹ ਵਾਣੀ ਨਹੀਂ ਹੈ ਬਾਹਰ ਦੀ ਜਿਹੜੀ ਵਾਣੀ ਹੈ ਉਸ ਵਾਣੀ ਦੀ ਮਹਾਰਾਜ ਗੱਲ ਨਹੀਂ ਕਰ ਰਹੇ ਵਾਣੀ ਦਾ ਮਤਲਬ ਜਿਹਨੂੰ ਆਤਮਾ ਵਿਸਰ ਗਈ ਹੈ ਆਤਮਾ ਦੇ ਵਿਚਾਰਾਂ ਤੋਂ ਜਿਹੜਾ ਉਹਨੂੰ ਸੇਧ ਮਿਲਣੀ ਹੈ ਉਹ ਵਿਸਰ ਗਿਆ ਐਵੇਂ ਲਗ ਲਓ ਜਿਵੇਂ ਪੱਕਾ ਰੋਗੀ ਵਿਲ ਲਊਗਾ ਐਵੇਂ ਹੈ ਉਹ ਕਹਿੰਦਾ ਦੁੱਧ ਦੇ ਵਿੱਚ ਘਿਓ ਤੇ ਹੈ ਰਦ ਦੁੱਧ ਦੇ ਵਿੱਚੋਂ ਜੇ ਘਿਓ ਕੱਢਣਾ ਹੈ ਪਹਿਲਾਂ ਉਹਨੂੰ ਤਪਾਉਣਾ ਪੈਂਦਾ ਕਹਿੰਦਾ ਪਹਿਲੇ ਸਵਾਲ ਦਾ ਜਵਾਬ ਇਹ ਹੈ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਹਰੇਕ ਥਾਂ ਤੇ ਪ੍ਰਮਾਤਮਾ ਵਸਦਾ ਹੈ ਜੇ ਉਹਨੂੰ ਸਾਖਸ਼ਾਤ ਕਰਨਾ ਹੈ ਆਪਣੇ ਅੰਦਰ ਵੇਖਣਾ ਹੈ ਇਸ ਤਨ ਨੂੰ ਇਹ ਮਨ ਨੂੰ ਸ਼ਮ ਦਮ ਨਿਧਿਆਸਣ ਇਹਨਾਂ ਦੀ ਜਿਹੜੀ ਪੱਠੀ ਹੈ ਉੱਤੇ ਜਲਾਉਣਾ ਪੈਂਦਾ ਹੈ ਮਨ ਨੂੰ ਬਾਰ ਬਾਰ ਵਿਕਾਰਾਂ ਤੋਂ ਰੋਕਣਾ ਪੈਂਦਾ ਹੈ ਬਾਰ ਬਾਰ ਗੁਰੂ ਦਾ ਸ਼ਬਦ ਜਪਣਾ ਪੈਂਦਾ ਬਾਰ ਬਾਰ ਗੁਰੂ ਦੇ ਸ਼ਬਦ ਯਾਦ ਕਰਨੇ ਪੈਂਦੇ ਨੇ ਜਿਹਦੇ ਨਾਲ ਸ਼ਮ ਤੇ ਦਮ ਜਿਹਨੂੰ ਕਹਿੰਦੇ ਨੇ ਇੰਦਰੀਆਂ ਦਾ ਰੁਕਣਾ ਨਿਧਿਆਸਨ ਕਹਿੰਦੇ ਨੇ ਬਾਰ 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 ਗੁਰੂ ਦੇ ਸ਼ਬਦ ਨੂੰ ਯਾਦ ਕਰਨਾ ਕਹਿੰਦੇ ਪਰਮਾਤਮਾ ਹਰੇਕ ਦੇ ਅੰਦਰ ਹੈ ਜਿਵੇਂ ਹਰੇਕ ਧਰਤੀ ਦੇ ਵਿੱਚ ਪਾਣੀ ਹੈ ਪਰ ਜੇ ਪਾਣੀ ਕੱਢਣਾ ਹੋਏ ਬੋਰਵੈਲ ਕਰਨਾ ਪੈਂਦਾ ਪਾਣੀ ਤੇ ਹਰ ਥਾਂ ਹੈ ਐਵੇਂ ਹਰੇਕ ਹਿਰਦੇ ਦੇ ਵਿੱਚ ਪਰਮਾਤਮਾ ਹੈ ਉਹਨੂੰ ਉਹਨੂੰ ਸਾਖਸ਼ਤ ਕਰਨ ਦੇ ਲਈ ਉਦੇ ਸਰੂਪ ਨੂੰ ਜਾਣਨ ਦੇ ਲਈ ਮਨੁੱਖ ਨੂੰ ਬੰਦਗੀ ਕਰਨੀ ਪੈਂਦੀ ਹੈ ਗੁਰੂ ਦੇ ਮਾਰਗ ਤੇ ਚੱਲਣਾ ਪੈਂਦਾ ਹੈ ਸੋ ਇੱਥੋਂ ਤੀਂ ਦੀ ਕਥਾ ਆਪਾਂ ਸਰਵਣ ਕਰਾਂਗੇ ਗੁਰੂ ਜੀ ਕਿਰਪਾ ਕਰਨ ਕਿਸੇ ਪਰਮੇਸ਼ਰ ਤੇ ਮਨੁੱਖ ਪਹੁੰਚ ਸਕੇ ਜਿਹਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਪਰਮਾਤਮਾ ਪਤਿਤਾ ਨੂੰ ਉਧਾਰਨ ਵਾਲਾ ਹੈ ਦੁਨੀਆ ਦੇ ਡਰਾਂ ਨੂੰ ਖਤਮ ਕਰਨ ਵਾਲਾ ਹੈ ਹਮੇਸ਼ਾ ਮਨੁੱਖ ਨੂੰ ਆਨੰਦ ਬਖਸ਼ਣ ਵਾਲਾ ਹੈ ਮਨੋ ਕੋ ਉਹਦੇ ਅੱਗੇ ਹੀ ਅਰਦਾਸ ਕਰੇ ਆਪਣੇ ਅੰਦਰ ਹੀ ਅਰਦਾਸ ਕਰੇ ਪਰਮਾਤਮਾ ਉਹਨੂੰ ਸਾਖਸ਼ਤ ਹੋ ਜਾਏਗਾ ਇਨੀਆਂ ਬੇਦੀਆਂ ਪਰਵਾਨ ਹੋਈ ਪੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ